ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅੱਜ ਅਸੀਂ ਮੌਜੂਦ ਹਾਂ ਸਲਾਰਾ ਉਸ ਮੁਬਾਰਕ ਬਾਬਾ ਸੈਯਦ ਸ਼ਾਹ ਜਮਾਲ ਰਹਿਮਤੁੱਲਾ ਅਲੈ ਪਿੰਡ ਦਾ ਨਾਂ ਮੰਡਿਆਲਾ ਮੀਰ ਸ਼ਿਕਾਰਾ 21 ਜੇਠ 3 ਜੂਨ ਜ਼ਿਲ੍ਹਾ ਗੁਜਰਾਂਵਾਲਾ ਸਬਜ਼ੀ ਮੰਡੀ ਦੇ ਪਿਛਲੇ ਪਾਸੇ ਲਾਂਦੇ ਪਾਸੇ ਪਿੰਡ ਵਾਕਿਆ ਹੈ। ਮੇਰੇ ਨਾਲ ਮੌਜੂਦ ਨੇ ਪੰਜਾਬੀ ਕਲਚਰ ਦਾ ਇੱਕ ਬਹੁਤ ਵੱਡਾ ਨਾਮ ਜਿਨ੍ਹਾਂ ਨੇ ਬਚਪਨ 'ਚ ਕਬੱਡੀ ਵੇਖੀ, ਕੁਸ਼ਤੀ ਵੇਖੀ, ਫਿਰ ਘੋਲਦੇ ਰਹਿ, ਫਿਰ ਕਬੱਡੀ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਇਹ ਖੇਡੀ, ਬਾਹਰ ਦੇ ਦੇਸ਼ਾਂ ਜਾ ਕੇ ਕਮੈਂਟਰੀ ਕੀਤੀ, ਦੁਨੀਆ ਦੇ ਇੱਕ ਵੱਡਾ ਨਾਮ ਕਮਾਇਆ। ਮੇਰੇ ਨਾਲ ਮੌਜੂਦ ਨੇ ਉਸਤਾਦ ਮੋਹਤਰਮ ਪਹਿਲਵਾਨ ਅਸਕਰ ਰਮਾਨੀ ਸਾਹਿਬ, ਉਹਨਾਂ ਨਾਲ ਚੰਦ ਗੱਲਾਂ ਤੁਹਾਡੇ ਸਾਹਮਣੇ ਜ਼ਰੂਰ ਕਰਾਂਗੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ, ਆਪ ਸਭ ਕੀ ਹਾਲ ਹੈ? ਉਸਤਾਦ ਜੀ, ਸਭ ਤੋਂ ਪਹਿਲਾਂ ਮੈਂ ਦੱਸਣਾ ਕਿ ਉਸ ਵਕਤ ਦੀ ਕਬੱਡੀ ਜਿਹੜੀ ਤੁਸੀਂ ਪਹਿਲੇ ਬਚਪਨ 'ਚ ਵੇਖੀ, ਜਦੋਂ ਇੱਕ ਪਿੰਡ ਦੇ ਵਿੱਚ ਇੱਕ ਇੱਕ ਟੀਮ ਹੁੰਦੀ ਸੀ, ਤੇ ਹੁਣ ਸਾਰੇ ਰੈਡੀਮੇਡ ਪਲੇਅਰ ਲਿਆਉਣੇ ਪੈਂਦੇ ਨੇ, ਬੜੀ ਮੁਸ਼ਕਲ ਹੁੰਦੀ ਹੈ, ਤੇ ਕਿਆ ਤੁਸੀਂ ਸਮਝਦੇ ਤੁਹਾਡੇ ਪਿੰਡ ਵੀ ਇਹ ਹੁੰਦਾ ਰਿਹਾ ਕਿ ਛੱਟ ਚੁੱਕਣੀ, ਸੁਹਾਗਾ ਚੁੱਕਣਾ, ਤੇਲ ਮੰਗਣਾ ਜ਼ਾਨਾ ਤੋਂ ਪਹਿਲਾਂ, ਜਾਂ ਇਹ ਕੰਮ, ਇਹ ਪੰਜਾਬੀ ਕਲਚਰ ਜਿਹੜਾ ਉਸ ਵਕਤ ਦਾ ਅੱਜ ਦਾ ਕੀ ਫਰਕ? ਹਾਂ, ਜਦੋਂ ਵੀ ਉਹਦੀ ਕੋਈ ਨਿਸ਼ਾਨੀ ਯਾਦ ਆਈ, ਆਪਣੀ ਗੁਜ਼ਰੀ ਹੋਈ ਜਵਾਨੀ ਯਾਦ ਆਈ, ਸਾਡੇ ਵਡਕੇ ਜਦੋਂ ਸਾਨੂੰ ਦੱਸਦੇ ਹੁੰਦੇ ਸਨ ਕਿ ਅਸੀਂ ਇਸ ਤਰ੍ਹਾਂ ਕੁਸ਼ਤੀਆਂ ਕਰਦੇ ਸਾਂ, ਅੱਲਾ ਸਬੂਤ ਕਰੋ ਤੁਸੀਂ ਕੁਸ਼ਤੀ ਸ਼ੁਰੂ। ਆਫ ਸਾਹਿਬ, ਬਾਕੀ ਰੈਡੀਮੇਡ ਪਲੇਅਰ ਲਿਆ ਕੇ ਸਵਾਦ ਉਹ ਨਹੀਂ ਜਿਹੜਾ ਆਪਣੇ ਖੂਨ ਦਾ ਸਵਾਦ ਹੈ। ਕਿਸੇ ਦਾ ਭਰਾ ਖੇਡਦਾ ਹੁੰਦਾ ਸੀ ਪਿੰਡ ਦੇ ਨਾਲ, ਮਕਸੂਦ ਗਿੱਲ ਆ ਜਾ ਵੀ, ਮਕਸੂਦ ਗਿੱਲ ਕਿੱਥੇ ਨੇ, ਮਕਸੂਦ ਗਿੱਲ ਆ ਜਾ। ਇੱਕ ਵਕਤ ਸੀ ਕਿ ਪੂਰੇ ਪਿੰਡ ਦੇ ਸਾਰੇ ਨੌਜਵਾਨ ਮੁੰਡੇ ਜਿਹੜੇ ਨੇ ਉਹ ਸਾਰਾ ਸਾਲ ਸਿਆਲ ਦੇ ਵਿੱਚ, ਸਰਦੀਆਂ ਦੇ ਵਿੱਚ, ਸਾਰਾ ਸਾਲ ਸਿਆਲ ਦੇ ਵਿੱਚ ਖਸੂਸੀ ਤੌਰ 'ਤੇ ਸੁਬਾਹ ਤਹੱਜਦ ਟਾਈਮ ਨਮਾਜ਼ ਪੜ੍ਹਨੀ, ਅਤੇ ਤੇਲ ਮਲਣਾ, ਅਤੇ ਦੌੜ ਲਾਉਣੀ, ਡੰਡ ਲਾਉਣੇ, ਪੱਠੇ ਕੁੱਤਰਨੇ, ਟੋਕੇ ਦੇ ਕੇ ਲੱਗ ਕੇ, ਅਤੇ ਉਹਨਾਂ ਦੇ ਵਿੱਚ ਤਾਕਤ ਹੁੰਦੀ ਸੀ ਔਰ ਓਰੀਜਨਲ ਤਾਕਤ ਸੀ, ਉਹਨਾਂ ਨੇ ਤਾਕਤਾਂ ਕਮਾਉਣੀ, ਅਤੇ ਫਿਰ ਚੇਤਰ ਜਿਸ ਵੇਲੇ ਉਹਨਾਂ ਦਾ ਸਿਆਲ ਲੰਘਣਾ, ਅਤੇ ਉਹਨਾਂ ਨੇ ਨਾਲ ਦੇ ਪਿੰਡ ਦੇ ਨਾਲ ਕੁਸ਼ਤੀ ਕਬੱਡੀ ਮਿੱਠ ਲੈਣੀ ਕਰਨੀ। ਪਿੰਡ ਦੇ ਵਿੱਚ ਅਗਰ 100 ਮੁੰਡੇ ਤਾਂ 100 ਦਾ 100 ਹੀ ਟੋਪੀ ਖੇਡਦਾ ਸੀ, 100 ਦਾ 100 ਹੀ ਕੁਸ਼ਤੀ ਕਰਦਾ ਸੀ, ਔਰ ਇੱਕ ਪਿੰਡ ਦੂਸਰੇ ਪਿੰਡ ਨਾਲ ਹਮੇਸ਼ਾ ਇੰਡੀਆ ਪਾਕਿਸਤਾਨ ਦਾ ਮੁਕਾਬਲਾ ਕਰਦਾ ਹੁੰਦਾ ਸੀ। ਲੇਕਿਨ ਅਫਸੋਸ, ਅਫਸੋਸ ਇਸ ਗੱਲ ਦਾ ਕਿ ਹੁਣ ਬਰਗਰ ਅਤੇ ਪੈਪਸੀਆਂ ਅਤੇ ਚਿਪਸਾਂ ਜਿਹੜੀਆਂ ਨੇ ਉਹਨਾਂ ਕੁੜੀਆਂ ਨੇ ਤਾਂ ਇਸ ਪਾਸੇ ਲਾ ਦਿੱਤਾ ਹੈ, ਅਤੇ ਮੁੰਡੇ ਵੀ ਲੱਗ ਗਏ ਨੇ। ਮੈਂ ਹੁਣ ਜਦੋਂ ਟਿਕ ਟਾਕ 'ਤੇ ਵੇਖਣਾ ਨਾ ਕਿ ਅਸੀਂ ਮੈਂ ਅਤੇ ਤੁਸੀਂ, ਅਸੀਂ ਅਸਲ ਫਟਕਾਰ ਹਾਂ, ਅਸਲ ਲੋਕਾਂ ਨੂੰ ਗੱਲ ਸੁਣਾਉਣ ਵਾਲੇ ਹਾਂ। ਮਨਦੀਪ ਪਹਿਲਵਾਨ ਕੁਸ਼ਤੀ ਬਕਾਦਰ, ਉੱਧਰ ਵੀ ਕਲਿੱਪ ਨਾਲ ਵਹਾਓ, ਉੱਧਰ ਵਹਾਓ। ਅਫਸੋਸ ਵਾਲੀ ਇਹ ਗੱਲ ਹੈ ਅਫਸਰ ਸਾਹਿਬ ਕਿ ਹੁਣ ਜਿਹੜੀ ਕੁੜੀਆਂ ਅਤੇ ਮੁੰਡੇ ਨੇ ਉਹਨਾਂ ਨੂੰ ਕੋਈ ਖੁਰਾਕ ਦਾ ਨਹੀਂ ਸ਼ੌਕ, ਕੋਈ ਕਸਰਤ ਦਾ ਸ਼ੌਕ ਨਹੀਂ, ਜਾਣ ਬਣਾਉਣ ਦਾ ਵੀ ਕੋਈ ਸ਼ੌਕ ਨਹੀਂ। ਅਤੇ ਮੈਨੂੰ ਯਾਦ ਆਪਣੀ ਜਵਾਨੀ ਹੁੰਦੀ ਹੈ, ਅਸੀਂ 18-18 ਕੌੜੀਆਂ ਪਾਉਂਦੇ ਸਾਂ, ਥੱਕਦੇ ਨਹੀਂ ਸਾਂ, ਅਤੇ ਸਾਈਕਲਾਂ 'ਤੇ ਜਾ ਕੇ ਕੌੜੀ ਖੇਡਦੇ ਹੁੰਦੇ ਸਾਂ ਜੀ। ਇਹ ਉਸਤਾਦ ਜੀ, ਇਹ ਤਾਂ ਠੀਕ ਹੈ, ਲੇਕਿਨ ਅੱਜ ਤੁਸੀਂ ਨਵੀਂ ਨਸਲ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਕਿ ਅਗਰ ਤੁਸੀਂ ਆਪਣੇ ਆਪ ਨੂੰ ਜ਼ਿੰਦਾ ਰੱਖਣਾ ਚਾਹੁੰਦੇ ਹੋ? ਵੇਖੋ, ਜ਼ਿੰਦਗੀ ਉਹ ਹੋਵੇ ਕਿ ਜਿਹੜਾ ਮੋਇਆਂ ਤੋਂ ਬਾਅਦ ਵੀ ਬੰਦੇ ਲੋਕ ਯਾਦ ਰੱਖਣ, ਜਿਵੇਂ ਲੋਕ ਤੁਸੀਂ। ਮੈਂ ਇੰਤਹਾਈ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਇਸ ਕਾਬਲ ਬਣਾਇਆ, ਬੜੀ ਮਿਹਨਤ ਕਰਕੇ। ਚਲੋ, ਅਸੀਂ ਵੀ ਪਹਿਲੇ ਕਬੱਡੀ ਚਲੋ ਵੇਖੀ ਬਚਪਨੇ, ਫਿਰ ਖੇਡੀ ਮਾੜੀ ਮੋਟੀ ਜਿਵੇਂ ਹੋ ਗਏ ਹਾਂ, ਉਸ ਤੋਂ ਬਾਅਦ ਕਮੈਂਟਰੀ ਸ਼ੁਰੂ ਕੀਤੀ। ਤੁਹਾਡਾ ਮੇਰ ਭਰਿਆ ਹੱਥ ਮੇਰੇ ਕੰਢ 'ਤੇ ਰਿਹਾ, ਮੇਰੇ ਸਿਰ 'ਤੇ ਰਿਹਾ, ਅਤੇ ਮੈਂ ਅੱਜ ਇਸ ਮੁਕਾਮ 'ਤੇ ਹਾਂ।
ਤੇ ਮੈਂ ਕਬੱਡੀ ਦੀ ਕਮੈਂਟਰੀ ਵੱਖ ਵੱਖ ਦੇਸ਼ਾਂ ਜਾ ਕੇ ਕੀਤੀ। ਸੋ ਮੈਂ ਤੁਹਾਡਾ ਵੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਅੱਜ ਤੱਕ ਵੀ ਮੇਲੇ ਠੇਲੇ ਇਸ ਕਲਚਰ ਇਸ ਵਸੇਬ ਦੇ ਨਾਲ ਜੁੜੇ ਹੋ। ਤਾਂ ਇਸ ਲੈਂਥਲ ਤੋਂ ਤੁਸੀਂ ਦੂਰ ਨਹੀਂ ਰਹਿ ਸਕਦੇ, ਜਿੱਥੇ ਵੀ ਕਬੱਡੀ ਹੁੰਦੀ ਤੁਹਾਨੂੰ ਖੁਸ਼ਬੋ ਹੁੰਦੀ ਹੈ ਜਾਂ ਤੁਹਾਨੂੰ ਕੋਈ ਦੱਸਦਾ ਜਾਂ ਕਿਵੇਂ ਤੁਸੀਂ ਤੁਹਾਡਾ ਦਿਲ ਕਰਦਾ ਕਿ ਦਿਲ ਭੰਗੜੇ ਪਾਉਂਦਾ ਤੁਹਾਡਾ ਕਿ ਅਸੀਂ ਕੁਸ਼ਤੀ ਵੇਖਣ ਜਾਈਏ ਜਾਂ ਜਵਾਨੀ ਯਾਦ ਆਉਂਦੀ। ਜਦੋਂ ਕੋਈ ਜਵਾਨ ਹੋਵੇ ਪੰਜਾਬੀ ਤੇ ਢੋਲ ਖੜਕੇ ਤੇ ਪਿੰਡਾਂ ਨਾਲ ਖੜਕੇ ਉਹ ਫਿਰ ਪੰਜਾਬੀ ਨਹੀਂ। ਆਂਦੇ ਕਿ ਤੁਸੀਂ ਇੱਕ ਪੈਗਾਮ ਆਖਿਆ ਕਿ ਨਵੀਂ ਨਸਲ ਨੂੰ ਪੈਗਾਮ ਕਿ ਭੋਲਾ ਜਾਨਵਰ ਮਿਸਰ ਕਬੂਤਰਾਂ ਦੀ ਖੱਚਰ ਵੇਚਦੀ ਪੰਛੀਆਂ ਕਾਂਜਿਆ ਮਰੇ ਮਾਂ ਤੇ ਪਾਲਦੀ ਬੱਚਿਆਂ ਨੂੰ ਦੁੱਧ ਜੱਗ ਤੇ ਨਹੀਂ ਜੇ ਕਾਂਜਿਆ ਸਿਹਤ ਮੇਰੇ ਸਹਿਜ ਦਰਖਤਾਂ ਦੇ ਹੋਰ ਮਿੱਟੇ ਪਰ ਸੁੱਖ ਨਹੀਂ ਬੋਲਦੀ ਛਾਂਜਿਆ। ਇਹ ਇਸੇ ਵਾਸਤੇ ਹਿੰਦੂਆਂ ਨੇ ਕਿਹਾ ਕਤਲ ਕਾਂ ਨੂੰ ਬੜੇ ਗਿਣਾ ਜਾ ਤੇ ਵਿੱਚ ਉਜਾੜ ਦੇ ਮਿਲੇ ਦੁਸ਼ਮਣ ਉੱਥੇ ਜ਼ੋਰ ਨਹੀਂ ਆਪਣੀ ਬਾਂਹ ਜਾ ਤੇ ਜਦੋਂ ਆਪਣੀ ਵਾਹ ਪਹਿਲਵਾਨ ਬਾਤੀ ਕਿਆ ਬਾਤ ਹੈ ਜੀ ਪਹਿਲਵਾਨ ਸਾਡੇ ਮੁਲਕ ਦਾ ਸਰਮਾਇਆ। ਜਦੋਂ ਜਵਾਨ ਆਪਣੇ ਆਪ ਨੂੰ ਤਾਕਤਵਰ ਬਣਾਉਣ ਦਾ ਸ਼ੌਕ ਰੱਖਣਗੇ ਨਾ ਤੇ ਉਹ ਮੈਦਾਨ ਦੇ ਵਿੱਚ ਪੈਣ ਦਾ ਮੁੰਡਿਆਂ ਨੂੰ ਆਉਂਦਾ ਉਹਨਾਂ ਪੁੱਤਰ ਇਸ ਤਰ੍ਹਾਂ ਦੇ ਹੋ ਜਾਵੋ ਕਿ ਜੇ ਤੁਸੀਂ ਕਿਸੇ ਨੂੰ ਮਾਰਨ ਜੋਗੇ ਨਹੀਂ ਤੇ ਕਮ ਸੇ ਕਮ ਕੋਈ ਮਾਰੇ ਤੇ ਮਾਰ ਸਹਿਣ ਜੋਗੇ ਹੋ ਜਾਵੋ। ਇਸ ਵਾਸਤੇ ਇਹ ਪੰਜਾਬੀ ਕਲਚਰ ਸਾਡਾ ਸੇਬ ਜਿਹੜਾ ਹੈ ਸਾਡੀਆਂ ਖੇਡਾਂ ਜਿਹੜੀਆਂ ਨੇ ਸਦੀਆਂ ਤੋਂ ਖੇਡੀਆਂ ਜਾ ਰਹੀਆਂ ਨੇ ਔਰ ਪੰਜਾਬ ਦੀ ਧਰਤੀ 'ਤੇ ਕੋਈ ਐਸਾ ਜ਼ਿਲ੍ਹਾ ਨਹੀਂ ਐਸੀ ਤਹਿਸੀਲ ਸ਼ਹਿਰ ਨਹੀਂ ਜਿੱਥੇ ਮੈਂ ਜਾ ਕੇ ਕਮੈਂਟਰੀ ਨਹੀਂ ਕੀਤੀ ਕਬੱਡੀ ਨਹੀਂ ਖੇਡੀ। ਅੱਲਾਹ ਦਾ ਸ਼ੁਕਰ ਹੈ ਮੈਂ ਜਦੋਂ ਤੁਸੀਂ ਆਖਿਆ ਕਿ ਇੱਥੇ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਹੁਣ ਮੈਨੂੰ ਇਹ ਤਰੀਕਾ ਜ਼ਬਾਨੀ ਯਾਦ ਨਹੀਂ ਇਹਨਾਂ ਸਾਰਿਆਂ ਮੇਲਿਆਂ 'ਤੇ ਮੈਂ ਪਹਿਲੂ ਕਬੱਡੀ ਖੇਡੀ ਹੈ ਹੁਣ ਮੈਨੂੰ ਕਮੈਂਟਰੀ ਦਾ ਸ਼ੌਕ ਜਿਹੜਾ ਆਪਣਾ ਪੂਰਾ ਕਰਨਾ ਹੈ ਹੁਣ ਨਸ਼ਾ ਪੂਰਾ ਕਰਨਾ ਹੈ ਜੀ। ਬੜੀ ਮਿਹਰਬਾਨੀ ਹੈ ਸਰ ਉਸਤਾਦ ਅਸਗਰ ਪਹਿਲਵਾਨ ਜੀ। ਲਓ ਜਨਾਬ ਟੀਮ ਆਈ ਸੋਨਾ ਸਿਆਲ ਸਭ ਤੋਂ ਅੱਗੇ ਟੀਮ ਅਲੀ ਟਾਈਗਰ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ। ਲਓ ਜੀ ਕਬੱਡੀ ਜਿਹੜੀ ਉਹ ਸ਼ੁਰੂ ਕਰ ਦਿਆਂਗੇ ਅਸੀਂ ਤਮਾਮ ਆਉਣ ਵਾਲੇ ਦੋਸਤਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨੀ ਮਿਹਰਬਾਨੀ। ਹੋਟਾ ਸਾਹਿਬ ਵੈਲਕਮ ਚਾਰੇ ਗੁਰਦਾਰ ਅਮਰਦਰ ਚਾਹ ਜੀ ਅਦਾਨੂ ਬਿਜਲੀ ਉਹ ਅਲੀ ਟਾਈਗਰ ਪਹਿਲੀ ਕਬੱਡੀ ਇਹ ਭਾਰ ਜਿਹੜੇ ਥੱਲੇ ਦੋ ਖਲੋਤੇ ਨੇ ਕਿਹਦੇ ਨਾਲ ਮਿਹਰਬਾਨੀ। ਪਾਕਿਸਤਾਨ ਸਿੰਧੀ ਤਾਰੀਖ ਦੇ ਤਮਾਮ ਗਾਰਡ ਦੇ ਜੀਆਂ ਨੂੰ ਅਲੀ ਟਾਈਗਰ ਜੀ ਹਾਏ 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 ਲੈ ਬਈ 200 ਰੁਪਈਆ ਬੱਚਾ ਆ ਗਈ ਇੱਧਰਲੇ ਪਾਸੇ ਮਿਲ ਲਈ ਉਸਤਾਦ ਜੀ ਤੁਸੀਂ ਵੇਖ ਜਾਣਾ ਉੱਥੇ ਕਿੰਨੇ ਬਦਲ ਵੀ ਦਰਬਾਰ ਹੈ ਸ਼ਫਾਕਤ ਅਲੀ ਅਰਾਈ ਸਾਹਿਬ ਉੱਧਰ ਵੇਖਣਾ ਪਹਿਲੀ ਕਬੱਡੀ ਨਿਕਲ ਗਿਆ ਜੇ ਮੁੰਡਾ ਅਲੀ ਟਾਈਗਰ ਉਹ ਭਾਈ ਜੀ ਭਾਈ ਕਲੀਨ ਸ਼ੇਖ ਮਾਸ਼ਾਅੱਲਾ ਆਵੇ ਇੰਤਜ਼ਾਮੀਆਂ ਦੇ ਦਰਖਾਸਤ ਤੇ ਕਿ ਮਿਹਰਬਾਨੀ ਕਰਕੇ ਪਾਣੀ ਪਲੇਅਰਾਂ ਨੂੰ ਪਹੁੰਚਾਓ ਜੀ। ਲੋ ਜੀ ਕੌਡੀ ਬਾਗ ਵਾਸਤੇ ਸਾਡੇ ਮੁਲਕੇ ਪਾਕਿਸਤਾਨ ਦਾ ਬੜਾ ਮਸ਼ਹੂਰ ਫੈਸਲ ਮਹਿਰ ਤੇ ਠੱਟੀ ਰਾਈਆਂ ਤੇ ਚਾਬੀ ਅਮੈਰ ਭੱਟੀ ਪੁੱਤਰ ਮਕਸੂਦ ਗਿੱਲ ਜੀ ਨੇ ਕਬੱਡੀ ਨੂੰ ਪ੍ਰਮੋਟ ਕੀਤਾ ਸ਼ਰਾਫਤ ਗੁੱਜਰ ਸਾਡਾ ਇਸ ਇਲਾਕੇ ਦਾ ਪਹਿਲਵਾਨ ਲੋ ਜੀ ਕੌਡੀ ਵੇਖਣ ਵਾਲੀ ਅੱਖ ਜ਼ਿੰਦਗੀ ਅੱਖ ਮੌਤ ਵੀ ਇੱਕ ਸਾਰੇ ਵਜੂਦ ਦੀ ਰਹਿਮਤ ਅੰਨੀ ਅੱਖ ਦੀ ਸ਼ਾਨੀ ਕੱਖ ਹੁੰਦੀ ਇਹੋ ਦਿਲ ਦਾ ਮਕਸਦਾਰ ਸਾਈਆਂ ਸੁੱਚਾ ਦਿਲ ਹੁੰਦਾ ਸੁੱਚੀ ਅੱਖ ਹੁੰਦੀ ਲੱਜ ਕੌਮੀ ਪੈਟਰੋਲ ਪਲੀਜ਼ ਪਲੀਜ਼ ਜਦੋਂ ਠੰਡ ਤੇ ਆ ਜਾਵੇ ਜਦੋਂ ਛਾਤੀ ਖੁਰੀ ਕੇ ਖੁਦ ਪਹੁੰਚੇ ਇੱਧਰ ਪਹੁੰਚ ਨਾਲ ਕਦੀ ਕਦੀ ਇਸ ਨਾਲ ਵੀ ਖੁਸ਼ ਨਹੀਂ ਪੈ ਜਾਂਦਾ ਕਿਆ ਬਾਤ ਹੈ ਲੋ ਜੀ ਜਿੰਨੇ ਦੋਸਤ ਕਸਮ ਲੱਗੇ ਮੈਂ ਤੁਹਾਡੇ ਨਾਲ ਆ ਗਿਆ ਤਾਲੀਆਂ ਮੇਰਾ ਨਾਲ ਆਏ
ਪੂਰਾ ਖਾਲਦ ਜੱਟ ਸਾਹਿਬ ਸਾਡੇ ਬਜ਼ੁਰਗ ਸਾਡਾ ਮਾਨ ਅੱਲਾਹ ਤਬਾਰਕ ਵ ਤਾਲਾ ਦੀ ਜ਼ਾਤ ਇਹਨਾਂ ਦਾ ਸਾਇਆ ਸਦਾ ਦੇਵ ਸਾਡੇ ਸਿਰਾਂ ਦੇ ਉੱਤੇ ਰੱਖੇ। ਇਹ ਬਜ਼ੁਰਗਾਂ ਦੇ ਨਾਲ ਹੀ ਬਹਾਰਾਂ ਨੇ ਤੇ ਬਜ਼ੁਰਗਾਂ ਦੇ ਨਾਲ ਹੀ ਮੌਜਾਂ ਨੇ ਜਿਹਦਾ ਤੇਰੇ ਨਾਲ ਕੀ ਯਾਰੀ ਪੈ ਗਈ ਪਿੱਛੇ ਦੁਨੀਆਂ ਸਾਰੀ ਪੈ ਗਈ ਲਾ ਵੀ ਸੇਧ ਹੁਣ ਪਤਾ ਲੱਗ ਜਾਂਦਾ ਗੁੱਜਰ ਨੂੰ ਫੜਦਾ ਕਿ ਨਹੀਂ। ਲਓ ਜੀ ਚਾਫੀ ਸੇਧ ਤੇ ਕਬੱਟਰ ਦਾ ਨਾਂ ਸੇਠ ਸਲਮਾਨ ਦਾ ਭਰਾ ਹੈ ਜੇ ਚੱਪਾ ਨਾ ਲੱਗੇ ਤੇ ਸਵਾਲ ਨਹੀਂ। ਵਾਹ ਹੈ ਸੇਠਾ ਵਾਹ। ਸੇਠ ਨੇ ਕਦੇ ਪਤਾ ਜਾਣ ਤੇ ਆਏ ਹਾਏ ਹਾਏ ਤਾੜੀਆਂ ਲਾ ਲਈ ਜਵਾਨਾਂ ਦੇ ਨਾਲ ਬੜੇ ਮਹਿੰਗੇ ਨੇ ਵੇਖ ਕੇ
ਸਵਾਦ ਨਹੀਂ ਆਇਆ ਪਿੱਛੋਂ ਆ ਹੈਲੋ ਹੈਲੋ ਮੈਂ ਕਰੂੰ
Thank you.
ਬਹੁਤ ਸ਼ੁਕਰੀਆ ਸਾਡੇ ਬੱਬਰ ਸ਼ੇਰ ਵੀ ਜਨਾਬ ਚੌਧਰੀ ਖਾਲਦ ਜੱਟ ਹਾਲਤ ਸੋਦੀਆ ਚੌਧਰੀ ਅਲਫਾਨ ਦੁੱਛਾ ਐਡਵੋਕੇਟ ਸਾਹਿਬ ਸ਼ੁਕਰੀਆ ਚੌਧਰੀ ਗੁਰਦਾਰਾ ਮੰਦ ਦੁੱਛਾ ਇਟਲੀ ਵਾਲੇ ਮੀਆਂ ਸਭ ਖਾਨ ਸਾਹਿਬ ਸਾਨੂੰ ਜਨਾਬ ਮੀਆਂ ਅਕਬਰ ਖਾਨ ਮੈਂਬਰ ਪੰਜਾਬ ਅਸੈਂਬਲੀ ਆਇਓ ਸੋਨੇ ਸੋਨਾ ਸਿਆਲ ਸੋਨਾ ਜੇ ਨਿਕਲ ਗਿਆ ਮੈਂ ਤੇ ਨਾਮ ਨਾ ਦਿੱਤਾ ਮੈਂ ਨਾਰਾਜ਼ ਹੋਣਾ ਜੇ ਜ਼ੁਲਫ਼ਕਾਰ ਰਾਂਝਾ ਸਾਹਿਬ ਕਿੱਥੇ ਨੇ ਮੈਂ ਬਿਲਕੁਲ ਗਰੀਬ ਹਾਂ ਤੁਹਾਡੇ ਲਵ ਯੂ ਸਰ ਜ਼ੁਲਫ਼ਕਾਰ ਗੋਬਲ ਸਾਹਿਬ ਬੜੀ ਮਿਹਰਬਾਨੀ ਸਾਹਿਬੁੱਲਾ ਨੰਬਰਦਾਰ ਸਾਹਿਬ ਵੱਡਾ ਖੇਡ ਕੇ ਨੱਲਾ ਜਾਂਦਾ ਖੇਡਾਂ ਹੋਏ ਸਾਰੇ ਰਾਜ ਚੀਮਾ ਸਾਹਿਬ ਥੈਂਕ ਯੂ ਮਿਹਰਬਾਨੀ ਉਹ ਜਿਹੜੇ ਪਹਾੜੀ ਖੇਡ